ਟ੍ਰੋਲਰਸ ਦੇ ਨਿਸ਼ਾਨੇ ਤੇ ਆਏ ਸਿੰਗਰ ਬੱਬੂ ਮਾਨ। ਇਸ ਗੀਤ ਚ ਬੱਬੂ ਮਾਨ ਨੇ ਗਾਏ ਸੀ ਕੁਛ ਅਜਿਹੇ ਬੋਲ। ਪੰਜਾਬੀ ਗਾਇਕ ਬੱਬੂ ਮਾਨ ਦੀ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਇੱਕ ਵੱਡੀ ਜ਼ਬਰਦਸਤ ਫੈਨ ਫੋਲੋਇੰਗ ਹੈ। ਗਾਇਕ ਆਪਣੇ ਗੀਤਾਂ ਦੇ ਨਾਲ ਨਾਲ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸੁਰਖੀਆਂ 'ਚ ਰਹਿੰਦੇ ਨੇ। ਹਾਲ ਹੀ 'ਚ ਬੱਬੂ ਮਾਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਕ ਵੀਡੀਓ ਜੋ ਆ ਗਾਇਕ ਦੀ ਕਾਫੀ ਜ਼ਿਆਦਾ ਫੇਸਬੁੱਕ ਉੱਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਚ ਗਾਇਕ ਗੀਤ ਰਾਹੀਂ ਦੱਸ ਰਹੇ ਨੇ ਕਿ ਪਹਿਲਾਂ ਤਾਂ ਮੈਂ ਵੈਸ਼ਨੋ ਸੀ ਪਰ ਹੁਣ ਮੈਂ ਦਾਰੂ ਵੀ ਪੀ ਲੈਂਦਾ ਤੇ ਸੱਪ ਵੀ ਖਾ ਲੈਂਦਾ। ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਹੈ। ਇਸ ਦੇ ਨਾਲ ਹੀ ਗਾਇਕ ਟ੍ਰੋਲਰਸ ਦੇ ਨਿਸ਼ਾਨੇ ਉੱਤੇ ਆ ਗਏ ਨੇ। ਫੈਨਸ ਵੀ ਉਹਨਾਂ ਨੂੰ ਜੰਮ ਕੇ ਟ੍ਰੋਲ ਕਰ ਰਹੇ ਨੇ। ਸੋ ਯੂਜ਼ਰਸ ਨੇ ਕਮੈਂਟ ਕਰਦਿਆਂ ਹੋਇਆ ਲਿਖਿਆ ਕਿ ਅਸੀਂ ਤਾਂ ਚੰਗੇ ਰਹਿ ਗਏ, ਟਾਈਮ ਨਾਲ ਖਹਿੜਾ ਛੱਡ ਗਏ ਇਹਦਾ। ਉੱਥੇ ਦੂਜੇ ਯੂਜ਼ਰ ਨੇ ਲਿਖਿਆ ਕਿ ਲੱਗਦਾ ਇਹ ਹਿੱਲ ਗਿਆ। ਦੱਸ ਦਈਏ ਕਿ ਬੱਬੂ ਮਾਨ ਪੰਜਾਬੀ ਸੰਗੀਤ ਦੇ ਲੈਜੈਂਡ ਕਲਾਕਾਰਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ। 1999 ਤੋਂ ਉਸਨੇ 8 ਸਟੂਡੀਓ ਐਲਬਮ ਅਤੇ 6 ਸੰਕਲਨ ਐਲਬਮ ਜਾਰੀ ਕੀਤੀਆਂ ਨੇ। ਉਹਨਾਂ ਨੇ ਪੰਜਾਬੀ ਫਿਲਮਾਂ ਲਈ ਨਾ ਸਿਰਫ ਸਕ੍ਰਿਪਟ ਲਿਖੀਆਂ ਨੇ ਸਗੋਂ ਅਦਾਕਾਰੀ ਵੀ ਕੀਤੀ ਆ। ਉਹਨਾਂ ਨੇ ਐਲਬਮ ਸੱਜਣ ਰੁਮਾਲ ਦੇਗਿਆ ਨਾਲ ਗਾਇਕੀ ਦੇ ਖੇਤਰ ਦੇ ਵਿੱਚ ਡੈਬਿਊ ਕੀਤਾ ਸੀ। ਸਾਲ 2007 ਵਿੱਚ ਹਿੰਦੀ ਵਿੱਚ ਰਿਲੀਜ਼ ਹੋਈ ਫਿਲਮ ਮੇਰਾ ਗਮ ਉਹਨਾਂ ਦੀ ਹਿੱਟ ਰਹੀ ਸੀਗੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਬੈਕ ਟੂ ਬੈਕ ਪੰਜਾਬੀ ਸਿਨੇਮਾ ਨੂੰ ਫਿਲਮਾਂ ਅਤੇ ਗੀਤ ਦਿੱਤੇ ਹੈ, ਜਿਨ੍ਹਾਂ ਕਰਕੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਅਤੇ ਅੱਜ ਦੇ ਟਾਈਮ ਦੇ ਵਿੱਚ ਵੀ ਉਹਨਾਂ ਦੀ ਇੱਕ ਵੱਡੀ ਫੈਨ ਫੋਲੋਇੰਗ ਹੈ। ਪਰ ਉੱਥੇ ਇਸ ਗੀਤ ਦੀ ਗੱਲ ਕਰੀਏ ਅਤੇ ਇਸ ਗੀਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ ਹੈ, ਜਿਸ ਕਰਕੇ ਹੁਣ ਬੱਬੂ ਮਾਨ ਜੋ ਆ ਉਹ ਕਾਫੀ ਜ਼ਿਆਦਾ ਟ੍ਰੋਲ ਹੋ ਰਹੇ ਨੇ। ਉਹਨਾਂ ਦੇ ਫੈਨਸ ਦੇ ਵੱਲੋਂ ਵੀ ਬੱਬੂ ਮਾਨ ਨੂੰ ਕਾਫੀ ਕੁਝ ਕਿਹਾ ਜਾ ਰਿਹਾ। ਸੋ ਤੁਸੀਂ ਇਸ ਵੀਡੀਓ ਨੂੰ ਲੈ ਕੇ ਕੀ ਸੋਚਦੇ ਹੋ, ਤੁਹਾਡੇ ਕੀ ਵਿਚਾਰ ਹੈ, ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਂ ਪਹਿਲਾਂ ਵੈਸ਼ਨੋ ਸੀ, ਹੁਣ ਸੱਪ ਵੀ ਖਾ ਲੈਂਦਾ।